ਦੇਖੋ ਜੀ, ਮਨਪ੍ਰੀਤ ਸਿੰਘ ਬਾਦਲ ਬਹੁਤ ਹੀ ਕਠੋਰ ਹਿਰਦੇ ਵਾਲੇ ਇਨਸਾਨ ਨੇ। ਜਾਂ ਉਹ ਤਾਂ ਮਲੂਕੇ ਤੋਂ ਅੱਗੇ ਨਾ ਗਏ। ਪੰਜਾਬ ਦੀ ਕਾਂਗਰਸ ਸਰਕਾਰ ਇੰਨੀ ਕਮਜ਼ੋਰ ਹੋ ਕੇ ਸਾਜ਼ਿਸ਼ੀ ਢੰਗ ਦੇ ਨਾਲ ਮੋਦੀ ਸਰਕਾਰ ਦੇ ਏਜੰਡੇ ਨੂੰ ਲੁਕਵੇਂ ਢੰਗ ਨਾਲ ਲਾਗੂ ਕਿਉਂ ਕਰਵਾ ਰਹੀ ਹੈ। ਬਠਿੰਡਾ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੋਦੀ ਦੀਆਂ ਨੀਤੀਆਂ ਤੇ ਚੱਲ ਰਹੀ ਹੈ ਅਤੇ ਲੁਕਵੇਂ ਢੰਗ ਨਾਲ ਆਮ ਆਦਮੀ, ਕਿਸਾਨ, ਮਜ਼ਦੂਰ ਨੂੰ ਪਰੇਸ਼ਾਨ ਕਰਨ ਵਾਲੀਆਂ ਨੀਤੀਆਂ ਲਿਆ ਰਹੀ ਹੈ। ਕਿਸਾਨਾਂ ਨੂੰ ਆਪਣੀ ਫਸਲ ਗਿਰਦਾਵਰੀ ਆਨਲਾਈਨ ਦਰਜ ਕਰਵਾਉਣ ਦਾ ਹੁਕਮ ਦੇ ਲੁਕਵੇਂ ਢੰਗ ਨਾਲ ਕਾਰਪੋਰੇਟ ਘਰਾਣੇ ਨੂੰ ਫਾਇਦਾ ਪਹੁੰਚਾਉਣ ਦੇ ਲਈ ਮੋਦੀ ਦੀ ਸਕੀਮ ਨੂੰ ਪੰਜਾਬ ਦੀ ਸਰਕਾਰ ਲਾਗੂ ਕਰ ਰਹੀ ਹੈ। ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਤੇ ਮਨਪ੍ਰੀਤ ਸਿੰਘ ਬਾਦਲ ਦੇ ਪ੍ਰੋਗਰਾਮ ਵਿੱਚ ਧੱਕਾ ਮੁੱਕੀ ਬਾਰੇ ਸਵਾਲ ਦੇ ਜਵਾਬ ਵਿੱਚ ਸਿੱਧਵਾਂ ਨੇ ਕਿਹਾ ਕਿ ਮਨਪ੍ਰੀਤ ਬੜੇ ਕਠੋਰ ਹਿਰਦੇ ਦਾ ਵਿਅਕਤੀ ਹੈ, ਜਿਨ੍ਹਾਂ ਨੇ ਪਟਿਆਲੇ ਵਿੱਚ ਵੀ ਠੇਕਾ ਮੁਲਾਜ਼ਮਾਂ ਤੇ ਲਾਠੀ ਚਾਰਜ ਕਰਵਾਇਆ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਦੇਖੋ ਜੀ, ਮਨਪ੍ਰੀਤ ਸਿੰਘ ਬਾਦਲ ਬਹੁਤ ਹੀ ਕਠੋਰ ਹਿਰਦੇ ਵਾਲੇ ਇਨਸਾਨ ਨੇ। ਉਹਨਾਂ ਨੂੰ ਤਰਸ ਕਰਨਾ ਚਾਹੀਦਾ, ਉਹ ਤਾਂ ਮਲੂਕੇ ਤੋਂ ਅੱਗੇ ਨਾ ਗਏ। ਜਿੱਥੇ ਹਾਜੀ ਰਤਨ ਆ, ਉਹਨਾਂ ਨੇ ਐਡਾ ਕਹਿਰ ਵਰਤਾਇਆ ਸੀ, ਉਹ ਹਲੇ ਤੱਕ ਮੇਰੇ ਯਾਦ ਆ। ਉਹ ਜਿਵੇਂ ਸਾਡੀਆਂ ਭੈਣਾਂ ਨੂੰ, ਬੱਚੀਆਂ ਨੂੰ ਕੁੱਟਿਆ ਗਿਆ ਸੀ, ਅਤੇ ਇਹ ਛੱਡ ਕੇ ਨਹੀਂ, ਹਜੇ ਇਹਨਾਂ ਨੇ ਉਹ ਖਾਸਾ ਛੱਡਿਆ ਨਹੀਂ। ਬਾਦਲ ਦਾ ਲਾਲਾ ਹੈ, ਉਹ DNA ਉਹੀ ਹੈ, ਉਸੇ ਤਰੀਕੇ ਨਾਲ ਇਹ ਇਹਨਾਂ ਨੇ ਕੀਤਾ। ਪਟਿਆਲੇ ਵੀ ਪਰਸੋਂ ਇਹੀ ਹੋਇਆ, ਸਾਡੇ ਜਿਹੜੇ ਠੇਕਾ ਮੁਲਾਜ਼ਮ ਸੀ, ਬਿਜਲੀ ਵਾਲੇ ਮੁਲਾਜ਼ਮ ਸੀ, ਉਹਨਾਂ ਨਾਲ ਵੀ ਉੱਥੇ ਬੜਾ ਅਣਮਨੁੱਖੀ ਵਰਤਾਰਾ ਕੀਤਾ ਗਿਆ। ਆਮ ਆਦਮੀ ਪਾਰਟੀ ਇਹਦਾ ਸਖ਼ਤ ਸ਼ਬਦਾਂ 'ਚ ਅਸੀਂ ਇਹਦਾ ਖੰਡਨ ਕਰਦੇ ਹਾਂ, ਅਸੀਂ ਇਹਦੀ ਨਿੰਦਾ ਕਰਦੇ ਹਾਂ। ਔਰ ਮੈਂ ਵਾਰਨ ਕਰਦਾ ਇਹਨਾਂ ਨੂੰ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਮਾਫ਼ ਨਹੀਂ ਕਰਨਗੇ। ਜਿਸ ਤਰ੍ਹਾਂ ਉਹਨਾਂ ਨੇ ਬਾਦਲ ਦਲ ਦੀਆਂ ਜਿਹੜੇ ਕਾਲੇ ਕਾਰਨਾਮੇ, ਉਹਨਾਂ ਨੂੰ ਹਲੇ ਤੱਕ ਨਹੀਂ ਭੁੱਲੇ। ਇਹ ਕਾਂਗਰਸ ਦੇ ਕਾਲੇ ਕਾਰਨਾਮੇ ਹੈ, ਇਹ ਅਣਮਨੁੱਖੀ ਵਤੀਰਾ ਸਾਡੇ ਬੱਚਿਆਂ ਨਾਲ, ਸਾਡੀਆਂ ਭੈਣਾਂ ਨਾਲ, ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਨਹੀਂ ਬਖਸ਼ਿਆ ਗਿਆ। ਉੱਥੇ ਦੇਖਿਆ ਵੀ ਇੱਕ ਬੱਚੇ ਨੂੰ ਵਿਚਾਰੇ ਨੂੰ ਉਹ ਫੜ ਕੇ ਧੱਕੇ ਨਾਲ, ਮਤਲਬ ਲੱਤਾਂ 'ਤੇ ਛੁੱਟੀਆਂ ਮਾਰੇ, ਉਹ ਬੱਚਾ ਵਿਚਾਰਾ ਆਪਦਾ ਫੜਦਾ ਸੀਗਾ। ਸੋ ਬਹੁਤ ਅਣਮਨੁੱਖੀ ਹੈ, ਅਸੀਂ ਇਹਦੀ ਨਿੰਦਿਆ ਕਰਦੇ ਹਾਂ। ਤੁਹਾਡੇ ਰਾਹੀਂ ਆਮ ਆਦਮੀ ਪਾਰਟੀ ਵੱਲੋਂ ਇਹ ਮੰਗ ਕਰਦਾ ਕਿ ਜਦੋਂ ਸਾਰਾ ਦੇਸ਼ ਦਾ ਕਿਸਾਨ ਮੋਦੀ ਸਰਕਾਰ ਦੇ ਤੁਗਲਕੀ ਫੈਸਲਿਆਂ ਦੇ ਖਿਲਾਫ ਖੜਾ, ਅਤੇ ਪੰਜਾਬ ਦੀ ਕਾਂਗਰਸ ਸਰਕਾਰ ਇੰਨੀ ਕਮਜ਼ੋਰ ਹੋ ਕੇ, ਇੰਨੀ ਸਾਜ਼ਿਸ਼ੀ ਢੰਗ ਦੇ ਨਾਲ ਮੋਦੀ ਸਰਕਾਰ ਦੇ ਏਜੰਡੇ ਨੂੰ ਲੁਕਵੇਂ ਢੰਗ ਨਾਲ ਲਾਗੂ ਕਿਉਂ ਕਰਵਾ ਰਹੀ ਹੈ। ਉਹਨਾਂ ਦਾ ਹਿੱਕ ਡਾਹ ਕੇ, ਸਗੋਂ ਜਿਹੜਾ ਮੰਡੀ ਮਾਫੀਆ ਜਿਹਦੇ ਕਰਕੇ 10,000 ਕਰੋੜ ਸਾਲਾਨਾ ਨੁਕਸਾਨ ਹੁੰਦਾ ਪੰਜਾਬ ਦਾ, ਉਹਨੂੰ ਨੱਥ ਪਾਉਣ ਦੀ ਗੱਲ ਕਰਨੀ ਚਾਹੀਦੀ ਸੀ। ਉਹ ਮੰਡੀ ਮਾਫੀਆ ਨੂੰ ਨੱਥ ਨਹੀਂ ਪਾ ਰਹੇ, ਕਿਸਾਨਾਂ 'ਤੇ, ਮਜ਼ਦੂਰਾਂ 'ਤੇ। ਜਦੋਂ ਸਾਡੀਆਂ ਮੰਡੀਆਂ ਬੰਦ ਹੋ ਗਈਆਂ ਤਾਂ ਕਿੱਥੇ ਜਾਣਗੇ ਸਾਡੇ ਤੋਲੇ, ਕਿੱਥੇ ਜਾਣਗੇ ਸਾਡੇ ਮੁਨੀਮ, ਕਿੱਥੇ ਜਾਣਗੇ ਸਾਡੇ ਆੜ੍ਹਤੀਏ। ਇਸ ਗੱਲ ਵੱਲ ਅੱਗੇ ਨਹੀਂ ਵੱਧ ਰਹੀ ਕੈਪਟਨ ਸਰਕਾਰ, ਉਹਨਾਂ ਦਾ ਹੱਥ ਨਹੀਂ ਫੜ ਰਹੀ। ਬਿਊਰੋ ਰਿਪੋਰਟ, ਸਮਰ ਨਿਊਜ਼। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ ਯੂਟਿਊਬ ਚੈਨਲ ਨੂੰ ਤੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲਿਓ।